ਅਤੇ ਕੀ ਚਾਹੀਦਾ ਕੀ ਆ ਹੁਣ ਅੱਗੇ ਕੀ ਚਾਹੀਦਾ? ਇਹ ਕੱਲ੍ਹ ਭੋਗ ਪਿਆ ਵਾ, ਤੋ ਪਿੰਡ ਦੇ ਵੀ ਕੁਛ ਸਾਥ ਦਿੱਤਾ ਵਾ, ਅਤੇ ਅਸੀਂ ਆਪਦੇ ਵੱਲੋਂ ਵੀ ਜਿਹਦੇ ਵੱਲੋਂ ਦਰਬਾਰ ਵੱਲੋਂ ਵੀ ਕੁਛ ਮਦਦ ਕੀਤੀ ਆ। ਜੋ ਮਦਦ ਕੀਤੀ ਆ ਉਹ ਤਾਂ ਜਿਵੇਂ ਭੋਗ ਦਾ ਖਰਚਾ ਉਹ ਸਾਰੇ ਉਹਦੇ ਵਿੱਚ ਨਿਬੜ ਗਏ, ਪਰ ਹੁਣ ਇਹ ਬੱਚੇ ਆ, ਬੱਚੇ ਦੀ ਪੜ੍ਹਾਈ ਦੇ ਲਈ ਅਸੀਂ ਖਰਚਾ ਮੰਗਦੇ ਵੀ ਇਹਨਾਂ ਨੂੰ ਖਰਚਾ ਵੱਧ ਦਿੱਤਾ ਜਾਵੇ। ਉਸ ਘਰ ਦੇ ਹਾਲਾਤ ਵੀ ਬਹੁਤ ਚੰਗੇ ਨੇਗੇ, ਅਤੇ ਇਹਦੇ ਵਿੱਚ ਬਹੁਤ ਲੋੜ ਆਉਂਦੀਆਂ ਘਰ ਦੇ ਵਿੱਚ, ਘਰ ਦੇ ਵਿੱਚ ਹਰ ਇੱਕ ਬਿਜਲੀ ਦਾ ਬਿੱਲ, ਕੋਈ ਘਰ ਦੀਆਂ ਤਿਆਰੀਆਂ, ਬਹੁਤ ਬੱਚੇ ਨੂੰ ਪੜ੍ਹਾਉਣਾ ਲਿਖਾਉਣਾ, ਰੋਟੀ ਪਾਣੀ ਦਾ। ਇਹ ਸੰਗਤ ਨੂੰ ਬੇਨਤੀ ਇਹੀ ਕਰਦੇ ਹਾਂ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਹੋਰ ਮੇਰੇ ਵੀਰਾਂ ਨੇ, ਕੁਛ NRI ਵੀਰਾਂ ਨੇ ਵੀ ਮਦਦ ਕੀਤੀ ਆ, ਉਹ ਜਿਹੜਾ ਖਰਚਾ ਸੀਗਾ ਉਹ ਕੱਲ੍ਹ ਸਾਰਾ ਨਿਬੜ ਗਿਆ। ਤਾਂ ਇਹੀ ਚਾਹੁੰਦੇ ਹਾਂ ਵੀ ਸਾਰੇ ਰਲ ਮਿਲ ਕੇ ਇਸ ਪਰਿਵਾਰਾਂ ਦੀ ਮਦਦ ਕੀਤੀ ਜਾਵੇ, ਜੋ ਕਿ ਬੱਚੀਆਂ ਇੱਕ ਸੇਧ ਆ, ਬੱਚੀਆਂ ਸੰਭਾਲ ਸਕਗੇ ਅਤੇ ਬੱਚਿਆਂ ਨੂੰ ਪੜ੍ਹਾਈ ਲਿਖਾ ਕੇ ਵਧੀਆ ਦੇ ਮੁਕਾਮ 'ਤੇ ਪਹੁੰਚ ਸਕਣ। ਕਿੰਨੀਆਂ ਬੇਟੀਆਂ ਨੇ ਇਹਨਾਂ ਦੀਆਂ? 6 ਬੇਟੀਆਂ ਜੀ। ਅੱਛਾ, ਕੋਈ ਕਮਾਈ ਕਰਨ ਵਾਲਾ? ਕਮਾਈ ਵਾਲਾ ਕੋਈ ਵੀ ਸਾਧਨ ਹੈ ਨਹੀਂਗਾ। ਇਹ ਭੈਣ ਆ, ਇਹ ਘਰ ਘਰ ਕੰਮ ਕਰਦੀ ਆ, ਜੋ 200-400 ਰੁਪਇਆ ਮਹੀਨੇ ਦਾ ਮਿਲਦਾ ਵਾ ਉਹਦੇ ਨਹੀਂ ਗੁਜ਼ਾਰਾ ਕਰਦੇ ਆ। ਅੱਛਾ, ਕਿਸ ਤਰ੍ਹਾਂ ਦੀ ਮਦਦ ਕਿਸ ਤਰ੍ਹਾਂ ਦੀ ਚਾਹੀਦੀ ਹੈ ਇਹਨਾਂ ਦੀ ਪੜ੍ਹਾਈ ਲਿਖਾਈ ਦਾ, ਜਾਂ ਕਿਵੇਂ ਕੀ ਚਾਹੀਦਾ ਕੀ ਹੈ? ਪੜ੍ਹਾਈ ਲਈ ਵਧੀਆ ਪੜ੍ਹਾਈ ਹੋ ਸਕੇ, ਪਰ ਬੱਚਿਆਂ ਨੂੰ ਜੋ ਵੀ ਜਿਹੜਾ ਕੱਪੜਾ ਹਰ ਇੱਕ ਤਰ੍ਹਾਂ ਦੀ ਮਦਦ ਆ। ਵੇਖੋ, ਆਪਾਂ ਆਪ ਹੀ ਬੱਚੇ ਪਾਲਦੇ ਹਾਂ, ਆਪਣੇ ਪਤਾ ਹਰ ਇੱਕ ਚੀਜ਼ਾਂ ਲੋੜਾਂ ਪੈਂਦੀਆਂ ਵਾ, ਤਾਂ ਇਹਦੀ ਮਦਦ ਵੱਧ ਤੋਂ ਵੱਧ ਕੀਤੀ ਜਾਵੇ ਵੀ ਭੈਣ ਦੀ। ਕੀ ਨਾਂ ਕੀ ਤੁਹਾਡਾ? ਸਰਬਜੀਤ ਕੌਰ। ਕਿੱਥੋਂ ਦੇ ਰਹਿਣ ਵਾਲੇ? ਸਿੰਘਾਂ ਵਾਲੇ ਦੇ ਰਹਿਣ ਵਾਲੇ ਆ ਜੀ। ਅੱਛਾ, ਕੀ ਮਦਦ ਕੀ ਚਾਹੁੰਦੇ ਹੋ? ਕਿਸ ਤਰ੍ਹਾਂ ਜੀ? ਵੀ ਮੇਰੇ ਘਰ ਵਾਲੇ ਥੋੜ੍ਹੇ ਦਿਨ ਹੋਏ ਤੇ ਤੋਈ ਨੂੰ, ਵੀ ਮੇਰੇ 6 ਲੜਕੀਆਂ ਵਾ, ਵੀ ਕੋਈ ਕਮਾਈ ਵਾਲਾ ਹੈ ਨਹੀਂਗਾ, ਅਤੇ ਮੈਂ ਇਹਨਾਂ ਨੂੰ ਪੜ੍ਹਾਉਣਾ ਚਾਹੁੰਦੀ ਹਾਂ, ਲਿਖਾਉਣਾ ਚਾਹੁੰਦੀ। ਮੈਂ ਘਰਾਂ 'ਚ ਕੰਮ ਕਰਕੇ ਵੀ ਟਾਈਮ ਪਾਸ ਕਰਦੀ ਹਾਂ, ਇਹਨਾਂ ਨੂੰ ਖਾਣ ਪੀਣ ਨੂੰ ਲਿਆ ਕੇ ਦਿੰਦੀ ਹਾਂ, ਵੀ ਪੜ੍ਹਾਈ ਲਿਖਾਈ ਹੋ ਜੇ, ਵੀ ਅੱਗੇ ਕੁਛ ਬਣ ਜਾਣ, ਰੋਟੀ ਦੇ ਵੇਲੇ ਗਾਂਹ ਪੈ ਜਾਣ, ਵੀ ਇਹਨਾਂ ਦਾ ਡੈਡੀ ਹੈ ਨਹੀਂ, ਹੋਰ ਕਮਾਈ ਵਾਲਾ ਕੋਈ ਹੈ ਨਹੀਂ ਜੀ। ਕਿੰਨੀਆਂ ਬੇਟੀਆਂ ਨੇ ਜੀ ਤੁਹਾਡੀਆਂ? 6 ਬੇਟੀਆਂ ਜੀ। ਅੱਛਾ, ਤੁਹਾਡੇ ਘਰ ਵਾਲੇ ਦੀ ਮੌਤ ਕਿਸ ਤਰ੍ਹਾਂ ਹੋਈ? ਮੌਤ ਵੀ ਬਸ ਚੰਗੇ ਭਲੇ ਸੀ, ਪਏ ਹੀ ਰਹਿ ਗਏ। ਅੱਛਾ ਜੀ, ਹੁਣ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਆ ਤੁਸੀਂ ਬੱਚਿਆਂ ਨੂੰ? ਵੀ ਜਿੰਨੀ ਜੋਗੇ ਹੈਗੇ ਆ, ਜਿੰਨੀ ਕਰ ਸਕਦੇ ਆ, ਵੀ ਉਹਨੇ ਕਰ ਸਕਦੇ, ਮੈਂ ਬੇਟੀਆਂ ਲਈ ਆਉਂਦੀ ਹਾਂ ਜੀ। ਅੱਛਾ ਜੀ, ਕੋਈ ਤੁਹਾਡੇ ਕੋਲ ਕਮਾਈ ਦਾ ਸਾਧਨ ਹੈਗਾ? ਨਹੀਂ ਜੀ, ਕੁਛ ਵੀ ਨਹੀਂ। ਅੱਛਾ, ਕੋਈ ਜਾਇਦਾਦ, ਕੋਈ ਘਰ ਬਾਰ ਕਿਸ ਤਰ੍ਹਾਂ? ਨਾ ਨਾ, ਘਰ ਬਾਰ ਵੀ ਹੈ ਨਹੀਂ ਗਾ, ਇੱਕੋ ਹੀ ਕਮਰਾ ਜੀ ਮੇਰੇ, ਕੋਈ ਰਸੋਈ ਵਗੈਰਾ, ਕੋਈ ਪਾਣੀ ਵਗੈਰਾ ਕੁਛ ਨਹੀਂ ਜੀ ਮੇਰੇ, ਵੀ ਬਸ 6 ਬੇਟੀਆਂ ਅਤੇ ਮੇਰੇ ਕਮਾਈ ਵਾਲਾ ਕੋਈ ਨਹੀਂ ਜੀ। ਅੱਛਾ ਜੀ, ਇਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤੁਸੀਂ? ਹਾਂਜੀ। ਬੱਚੀਆਂ ਵੀ ਪੜ੍ਹਦੀਆਂ? ਹਾਂਜੀ। ਹੁਣ ਜਾਂਦੀਆਂ ਸਕੂਲ ਕਿ ਨਹੀਂ? ਹਾਂਜੀ, ਆ ਜਿੱਦੇ ਦੀ ਡੈਥ ਹੋਈ ਥੋੜ੍ਹੇ ਦਿਨ ਹੀ ਹੋ ਗਏ, ਉਦੇ ਦਾ ਜਾਇਆ ਨਹੀਂ ਗਿਆ, ਅਰਜ਼ੀਆਂ ਭੇਜੀਆਂ ਜੀ। ਅੱਛਾ, ਕੀ ਅਪੀਲ ਕੀ ਕਰਦੇ ਹੋ ਲੋਕਾਂ ਨੂੰ? ਕਿਸ ਤਰ੍ਹਾਂ ਜੀ? ਕੀ ਚਾਹੁੰਦੇ ਕੀ ਲੋਕਾਂ ਤੋਂ, ਕਿਸ ਤਰ੍ਹਾਂ ਦੀ ਮਦਦ ਚਾਹੁੰਦੇ? ਮਦਦ ਵੀ ਜੇ ਉਹ ਵੀ ਕੋਈ ਕਰ ਸਕਦਾ, ਕੋਈ ਪੈਸੇ ਦੀ ਜਾਂ ਕੋਈ ਹੋਰ, ਕੋਈ ਵੀ ਮੇਰਾ ਘਰ ਬਾਰ ਵੀ ਪੈ ਸਕੇ, ਗਰੀਬ ਨਹੀਂ ਮੈਂ ਪਾ ਨਹੀਂ ਸਕਦੀ ਹੁਣ। ਕੋਈ ਹੋਰ ਪਰਿਵਾਰ 'ਚ ਮਦਦ ਵਾਲਾ ਹੈ ਨਹੀਂ? ਨਹੀਂ ਜੀ, ਕੋਈ ਨਹੀਂ ਗਾ। ਬਾਬਾ, ਥੋੜ੍ਹੇ ਦਿਨ ਪਹਿਲਾਂ ਮੌਤ ਹੋ ਗਈ ਸੀ।